ਸੀਗੇ ਤੇ ਛੋਟੇ ਬੇਟੇ ਨੂੰ ਜੀ ਕੈਂਸਰ ਸੀਗਾ ਸਾਲ ਡੇਢ ਸਾਲ ਤੋਂ ਇਲਾਜ ਚੱਲ ਰਿਹਾ ਸੀ ਚੰਡੀਗੜ੍ਹ ਇੱਕ ਵਾਰੀ ਚੰਡੀਗੜ੍ਹ ਦੋ ਦਿਨਾਂ ਵਾਸਤੇ ਬਿਨਾਂ ਪਤਾਏ ਚਲਾ ਵੀ ਗਿਆ ਸੀ ਕਿਤੇ ਫਿਰ ਦੋ ਤਿੰਨ ਦਿਨਾਂ ਬਾਅਦ ਇਹ ਲੱਭ ਗਿਆ ਸੀਗਾ ਹੁਣ ਵੀ ਜ਼ਿਆਦਾ ਗੁੰਮ ਸੁੰਮ ਜਿਹਾ ਰਹਿੰਦਾ ਸੀਗਾ ਸਟ੍ਰੈਸ ਲੈ ਗਿਆ ਸੀ ਦਿਮਾਗ 'ਤੇ ਕਹਿੰਦੇ ਨੇ ਮਾਪੇ ਖੁਦ ਦਾ ਦਰਦ ਹੱਸਦੇ ਸਹਿ ਜਾਂਦੇ ਨੇ ਪਰ ਔਲਾਦ ਦਾ ਦਰਦ ਉਹ ਨਹੀਂ ਚੱਲ ਪਾਉਂਦੇ ਜੀ ਹਾਂ ਅਜਿਹਾ ਹੀ ਕੁਝ ਹੋਇਆ ਲਵਲੀ ਗੋਇਲ ਨਾਮਕ ਵਿਅਕਤੀ ਦੇ ਨਾਲ ਜਿਨ੍ਹਾਂ ਦਾ 10 ਸਾਲਾ ਬੇਟਾ ਇੱਕ ਅਜਿਹੀ ਬਿਮਾਰੀ ਦੇ ਨਾਲ ਜੂਝ ਰਿਹਾ ਸੀ ਜਿਸ ਦਾ ਨਾਮ ਲੈਣ ਤੋਂ ਵੀ ਲੋਕ ਡਰਦੇ ਨੇ 45 ਸਾਲਾ ਲਵਲੀ ਅਬੋਹਰ ਦੀ ਨਵੀਂ ਆਬਾਦੀ ਛੋਟੀ ਪੌੜੀ ਦਾ ਰਹਿਣ ਵਾਲਾ ਸੀ ਜਿਹੜਾ ਕਿ ਬੁੱਕ ਸੈਂਟਰ ਅਤੇ ਆਰਓ ਪਾਣੀ ਵੇਚਣ ਦਾ ਕੰਮ ਕਰਦਾ ਸੀ ਇਹਨਾਂ ਦੇ ਪੁੱਤ ਨੂੰ ਕੈਂਸਰ ਹੋ ਗਿਆ ਤੇ ਉਸ ਦਾ ਇਲਾਜ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਇਹਨਾਂ ਨੇ ਕੀਤੀ ਫਿਰ ਭਾਵੇਂ ਰਿਸ਼ਤੇਦਾਰਾਂ ਤੋਂ ਪੈਸੇ ਮੰਗਣ ਦੀ ਗੱਲ ਹੋਵੇ ਜਾਂ ਫਿਰ ਕਿਸੇ ਦੋਸਤ ਮਿੱਤਰ ਤੋਂ ਉਧਾਰ ਲੈਣ ਦੀ ਗੱਲ ਪਰ ਲਵਲੀ ਤੋਂ ਆਪਣੇ ਬੱਚੇ ਦਾ ਇਲਾਜ ਨਾ ਕਰਵਾਇਆ ਗਿਆ ਤੇ ਲਵਲੀ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਿਆ ਜਦੋਂ ਲਵਲੀ ਦੇ ਹੱਥ ਬਸ ਕੁਛ ਨਾ ਰਿਹਾ ਤਾਂ ਮੌਤ ਨੂੰ ਗਲੇ ਲਾ ਲਿਆ ਮੇਰੇ ਛੋਟੇ ਬੇਟੇ ਨੂੰ ਜੀ ਕੈਂਸਰ ਸੀਗਾ ਸਾਲ ਡੇਢ ਸਾਲ ਤੋਂ ਇਲਾਜ ਚੱਲ ਰਿਹਾ ਸੀ ਚੰਡੀਗੜ੍ਹ ਤੇ ਉਦੋਂ ਤਾਂ ਬੜਾ ਪਰੇਸ਼ਾਨ ਸੀਗਾ ਇੱਕ ਵਾਰੀ ਚੰਡੀਗੜ੍ਹ ਦੋ ਦਿਨਾਂ ਵਾਸਤੇ ਬਿਨਾਂ ਪਤਾਏ ਚਲਾ ਵੀ ਗਿਆ ਸੀ ਕਿਤੇ ਫਿਰ ਦੋ ਤਿੰਨ ਦਿਨਾਂ ਬਾਅਦ ਇਹ ਲੱਭ ਗਿਆ ਸੀਗਾ ਕਰਦੇ ਉਦੋਂ ਪਰੇਸ਼ਾਨ ਸੀਗੇ ਹੁਣ ਵੀ ਜ਼ਿਆਦਾ ਗੁੰਮ ਸੁੰਮ ਜਿਹਾ ਰਹਿੰਦਾ ਸੀਗਾ ਸਟ੍ਰੈਸ ਲੈ ਗਿਆ ਸੀ ਦਿਮਾਗ 'ਤੇ ਉੱਧਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਆਪਣੇ ਬੱਚੇ ਦਾ ਇਲਾਜ ਨਹੀਂ ਕਰਵਾ ਪਾਇਆ ਜਿਸ ਤੋਂ ਪਰੇਸ਼ਾਨ ਚੱਲ ਰਿਹਾ ਸੀ ਜਿਸ ਕਾਰਨ ਇਸ ਵਿਅਕਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਨਹੀਂ ਸਾਨੂੰ ਥਾਣੇ ਐਮ ਸੀ ਸਾਹਿਬ ਦੀ ਦਰਿੰਦਰ ਐਮ ਸੀ ਦੀ ਕੌਲ ਆਈ ਸੀ ਵੀ ਕਿਸੇ ਲੜਕੇ ਨੇ ਉੱਥੇ ਵੀ ਸੁਸਾਈਡ ਕਰ ਲਿਆ ਅਸੀਂ ਮੌਕੇ 'ਤੇ ਪਹੁੰਚ ਕੇ ਪਰਿਵਾਰ ਨਾਲ ਪੁੱਛਗਿੱਛ ਕੀਤੀ ਹੈ ਅਤੇ ਦੱਸਿਆ ਆਂਢ ਗੁਆਂਢ ਦੇ ਵੀ ਇਹਦੇ ਛੋਟੇ ਬੇਟੇ ਨੂੰ ਵੀ ਕੈਂਸਰ ਸੀਗਾ ਜਿਹਦੇ ਕਰਕੇ ਮੈਂਟਲੀ ਥੋੜ੍ਹਾ ਸਟ੍ਰੈਸ ਸੀਗਾ ਇਹਦੇ ਉੱਤੇ ਜਿਹਦੇ ਕਰਕੇ ਬਿਰਹਾਲ ਪਰਿਵਾਰ ਦਾ ਮੁਖੀ ਇਹਨਾਂ ਦੇ ਨਾਲ ਨਹੀਂ ਰਿਹਾ ਤਾਂ ਘਰ ਦਾ ਗੁਜ਼ਾਰਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਅਬੋਹਰ ਤੋਂ ਅਵਤਾਰ ਸਿੰਘ ਦੀ ਰਿਪੋਰਟ।